ਇਮਾਨਦਾਰੀ ਸਮੁਦਾਇ ਵੱਲੋਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ, ਮਾਤਾ ਚਾਂਦ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਇਹ ਮੰਗ ਲੈ ਕੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਮੇਰੇ ਨਾਲ ਨੇ ਇਮਾਨਦਾਰੀ ਸਮਾਜ ਦੇ ਕੁਛ ਮੈਮ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਭੁਪਿੰਦਰ ਕੌਰ ਹੈ। ਮੈਮ, ਅੱਜ ਤੁਸੀਂ ਇੱਕ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ, ਕੀ ਹੈ ਜੀ, ਕਿਸ ਕਰਕੇ ਤੁਸੀਂ ਉਹ ਦਿੱਤਾ ਜੀ ਮੰਗ ਪੱਤਰ? ਜੀ, ਉਹ ਨਾਮਧਾਰੀ ਪੰਥ ਦੇ ਜਿਹੜੇ ਸਤਿਗੁਰੂ ਸੀ ਸਵਰਗੀ ਸਤਿਗੁਰੂ ਜਗਜੀਤ ਸਿੰਘ ਜੀ ਦੇ, ਉਹਨਾਂ ਦੇ ਧਰਮ ਪਤਨੀ ਨੇ ਮਾਤਾ ਚੰਦ ਕੌਰ ਜੀ, ਉਹਨਾਂ ਦਾ ਕਤਲ ਹੋਇਆ 4 ਸਾਲ ਤਕਰੀਬਨ ਹੋ ਚੁੱਕਾ ਹੈ, ਪਰ ਉਹਨਾਂ ਦੇ ਕਾਤਲਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਦੇ ਬਾਰੇ ਅਸੀਂ ਮੰਗ ਪੱਤਰ ਦੇਣ ਆਏ ਡੀਸੀ ਸਾਹਿਬ ਨੂੰ, ਤੇ ਸਾਰੇ ਇਕੱਠੇ ਹੋਏ ਆ, ਤੇ ਸਾਡੇ ਮਨਾਂ ਵਿੱਚ ਬਹੁਤ ਰੋਸ ਹੈ, ਬਹੁਤ ਸਵਾਲ ਨੇ ਕਿ ਇਹ CBI ਜਿਹੜੀ ਇਹ ਜਾਂਚ ਕਿਉਂ ਨਹੀਂ ਕਰ ਰਹੀ। ਬਹੁਤ ਸਾਰੇ ਸਵਾਲ ਨੇ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜਾ ਬੰਦਾ ਆਪਣੀ ਗੱਦੀ ਵਾਸਤੇ, ਆਪਣੇ ਨਿੱਜੀ ਹਿੱਤਾਂ ਵਾਸਤੇ ਸਾਰੀ ਸੰਗਤ ਤੇ, ਇੱਕ ਨਜਾਇਜ਼ ਸੰਗਤ ਦੇ ਉੱਤੇ ਆਈ ਤੇ ਮਾਤਾ ਜੀ ਨੂੰ ਮੱਥਾ ਟੇਕਣ ਆਈ ਉੱਤੇ ਗੋਲੀਆਂ ਚਲਵਾ ਸਕਦਾ, ਡਾਂਗਾਂ ਚਲਵਾ ਸਕਦਾ ਏ, ਤੇ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਮਾਤਾ ਜੀ ਨੂੰ ਆਪਣੇ ਘਰ ਵਿੱਚ ਹੀ ਕਤਲ ਕਰਨਾ। ਇਹਦੀ ਇੱਕ ਉਦਾਹਰਨ ਜਿਹੜੀ ਏ 25 ਜਨਵਰੀ 2013 ਵਿੱਚ ਨਾਮਧਾਰੀ ਸ਼ਹੀਦੀ ਸਮਾਰਕ ਤੇ ਮੇਲਾ ਹੋਇਆ ਸੀ, ਉੱਥੇ ਜਿਹੜੀ ਸੰਗਤ ਸਤਿਗੁਰੂ ਜਗਜੀਤ ਸਿੰਘ ਜੀ ਤੋਂ ਬਾਅਦ ਮਾਤਾ ਚੰਦ ਕੌਰ ਜੀ ਨੂੰ ਆਪਣਾ ਸਤਿਗੁਰੂ ਮੰਨਦੇ ਸਨ ਨਾ, ਉਹਨਾਂ ਨੂੰ ਏਕਤਾ ਵਾਸਤੇ ਅਪੀਲ ਕਰਨ ਆਈ ਸੀ। ਇਹ ਜੱਗ ਜਾ ਰਹੇ ਉਦੇ ਸਿੰਘ ਜੀ ਦੇ ਇੱਕ ਇਸ਼ਾਰੇ ਉੱਤੇ ਬਲਵਿੰਦਰ ਸਿੰਘ ਝੱਲ ਦਾ ਪੂਰਾ ਗਰੁੱਪ ਡਾਂਗਾ ਸੋਟੇ ਲੈ ਕੇ ਉਹਨਾਂ ਦੇ ਦੁਆਲੇ ਹੋ ਗਿਆ, ਉਹਨਾਂ ਤੇ ਗੋਲੀਆਂ ਵੀ ਚਲਾਈਆਂ ਗਈਆਂ। ਇਹ ਜੱਗ ਜਾਹਰ ਗੱਲ ਏ। ਇਸ ਵਾਸਤੇ CBI ਇੱਧਰ ਕਿਉਂ ਨਹੀਂ ਸੋਚਦੀ ਕਿ ਜੇ ਉਹ ਇੰਨਾ ਕੰਮ ਕਰ ਸਕਦੇ ਨੇ ਬਗੈਰ ਨਿਧੜਕ ਹੋ ਕੇ, ਤੇ ਮਾਤਾ ਜੀ ਨੂੰ ਮਰਵਾਉਣਾ ਤੇ ਉਹਨਾਂ ਵਾਸਤੇ ਕੋਈ ਔਖਾ ਨਹੀਂ ਆ, ਆਪਣੇ ਉੱਥੇ ਕਿਲੇ ਵਿੱਚ ਉਹਨਾਂ ਨੂੰ ਮਰਵਾਉਣਾ, ਤੇ ਫਿਰ ਇੱਧਰ ਕਿਉਂ ਨਹੀਂ ਜਾਂਚ ਕੀਤੀ? ਜਿਹੜੇ ਮਾਤਾ ਚੰਦ ਕੌਰ ਜੀ ਨੂੰ ਆਪਣਾ ਸਤਿਗੁਰ ਮੰਨਦੇ ਨੇ, ਉਹਨਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ? ਦੂਜਾ ਸਵਾਲ ਜਿਹੜਾ ਸਭ ਤੋਂ ਵੱਡਾ ਏ ਸਾਡਾ, ਉਹ ਇਹ ਮੋਦੀ ਸਰਕਾਰ ਨੂੰ ਕਿ ਕੀ ਕਾਰਨ ਏ ਵੀ ਮਾਤਾ ਜੀ ਦੇ ਕਾਤਲ ਫੜੇ ਕਿਉਂ ਨਹੀਂ ਗਏ? ਸਰਕਾਰ ਦੀਆਂ ਕਮਜ਼ੋਰੀਆਂ ਨੇ। ਸਾਡਾ ਸਾਰਾ ਸਮਰਥਨ, ਜਿਹੜਾ ਠਾਕੁਰ ਦਲੀਪ ਸਿੰਘ ਜੀ ਨੂੰ ਨਾਮ ਲੈਵਾ ਹੈਗੇ ਨੀ ਸੰਗਤ, ਜਿਹੜੇ ਮਾਤਾ ਚੰਦ ਕੌਰ ਜੀ ਨੂੰ ਆਪਣਾ ਸਤਿਗੁਰ ਮੰਨਦੇ ਨੇ ਨਾ, ਉਹਨਾਂ ਦਾ ਸਾਰਾ ਸਮਰਥਨ BJP ਨੂੰ ਹੈ। ਪਰ BJP ਸਰਕਾਰ ਕਿਉਂ ਉਹਨਾਂ ਦਾ ਸਾਥ ਦੇ ਰਹੀ ਹੈ? ਗਲਤ ਦਾ ਸਾਥ ਦੇ ਰਹੀ ਹੈ, ਕਾਤਲਾਂ ਨੂੰ ਛੁਪਾ ਰਹੀ ਹੈ, ਕਿਉਂ ਕਿਉਂ ਕਿਹੜਾ ਸਿਆਸੀ ਦਬਾਅ ਹੈ ਜਾਂ ਕਿਸ ਕਾਰਨਾਂ ਕਰਕੇ? ਇਸ ਕਰਕੇ, ਪੈਸਿਆਂ ਕਰਕੇ। ਇਸ ਕਰਕੇ ਸਾਡੀ ਮੰਗ ਹੈ, ਸਾਡਾ ਰੋਹ ਹੈ, ਅਸੀਂ ਇਹ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਉਹਨਾਂ ਨੂੰ ਫੜਿਆ ਜਾਵੇ। ਪਰ ਇੱਕ ਅਸੀਂ ਚੇਤਾਵਨੀ ਵੀ ਦਿੰਦੇ ਹਾਂ, ਸਰਕਾਰਾਂ ਨੂੰ ਵੀ ਦਿੰਦੇ ਹਾਂ, ਤੇ ਜਿਹੜੇ ਉੱਥੇ ਕਬਜ਼ਾਧਾਰੀ ਬੈਠੇ ਨੇ ਉਹਨਾਂ ਨੂੰ ਵੀ ਅਸੀਂ ਇਹ ਚੇਤਾਵਨੀ ਦਿੰਦੇ ਹਾਂ ਕਿ ਇਹ ਮਤ ਸਮਝ ਲੈਣਾ ਕਿ ਅਸੀਂ ਚੁੱਪ ਕਰਕੇ ਤੇ ਮਾਲਾ ਫੜ ਕੇ ਨਾਮ ਜਪਣ ਵਾਲੇ ਹਾਂ, ਤੇ ਤੁਹਾਡੀਆਂ ਸਾਰੀਆਂ ਤਸ਼ੱਦਦਾਂ ਜਿਹੜੀਆਂ ਨੇ, ਜ਼ੁਲਮ ਨੇ, ਉਹ ਬਰਦਾਸ਼ਤ ਕਰਦੇ ਰਵਾਂਗੇ। ਮੋਦੀ ਜੀ ਨੂੰ ਖਾਸ ਕਰਕੇ ਅਪੀਲ ਆ ਕਿ ਉਹ ਇੰਨੀ ਗੱਲ ਸਾਡੇ ਵਾਸਤੇ, ਜਿਹੜੇ ਦੇਸ਼ ਦੇ ਵਾਸੀ ਨੇ ਉਹਨਾਂ ਵਾਸਤੇ ਇਹ ਗੱਲ ਜਿਹੜੀ ਆ ਉਹ ਯਕੀਨੀ ਬਣਾਉਣ ਕਿ ਅਸੀਂ ਆਜ਼ਾਦ ਭਾਰਤ ਦੇ ਵਾਸੀ ਹਾਂ, ਸਾਨੂੰ ਦੋਹਰੇ ਜ਼ੁਲਮ ਸਹਾਰਨੇ ਪੈ ਰਹੇ ਨੇ। ਜਦੋਂ ਮਾਤਾ ਜੀ ਦਾ ਕਤਲ ਹੋ ਗਿਆ ਸੀਗਾ, ਉਸ ਤੋਂ ਬਾਅਦ ਉਹਨਾਂ ਦੀ ਇਨਕੁਆਇਰੀ CBI ਕੋਲ ਲਗਾਈ ਗਈ ਸੀਗੀ, ਤੇ ਉਹ ਕਿਆ CBI ਨੇ ਹਜੇ ਤੱਕ ਕੋਈ ਕੰਮ ਕੁਛ ਨਹੀਂ ਰਿਪੋਰਟ ਕੀਤੀ? ਕੁਛ ਨਹੀਂ ਰਿਪੋਰਟ ਕੀਤੀ, ਉਹ ਇੱਕ ਪੱਖੀ ਜਾਂਚ ਕਰ ਰਹੀ ਹੈ। ਜਿਹੜੇ ਉੱਥੇ ਕਬਜ਼ਾਧਾਰੀਆਂ ਦੀ ਗੱਲ ਮੰਨਦੇ ਨਾ, ਉਹਨਾਂ ਨੂੰ ਉਹ ਕੁਛ ਨਹੀਂ ਕਹਿੰਦੇ, ਤੇ ਜਿਹੜੇ ਸਤਿਗੁਰੂ ਮਾਤਾ ਚੰਦ ਕੌਰ ਜੀ ਨੂੰ ਮੰਨਦੇ ਨੇ ਜਾਂ ਠਾਕੁਰ ਦਲੀਪ ਸਿੰਘ ਜੀ ਨੂੰ ਮੰਨਦੇ ਨੇ ਨਾ, ਉਹਨਾਂ ਨੂੰ ਬੁਲਾ ਬੁਲਾ ਕੇ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ, ਉਹਨਾਂ ਨੂੰ ਫੜ ਲਿਆ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਤੇ ਪਰ ਉਹ ਬਕਣ ਕੀ ਵਿਚਾਰਿਆਂ ਨੇ ਕੁਛ ਕੀਤਾ ਹੀ ਨਹੀਂ। ਇੱਕ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ CBI ਨੂੰ, CBI ਇਹ ਕਿਉਂ ਨਹੀਂ ਕਰ ਰਹੀ? ਅੱਜ 4 ਸਾਲ ਬਾਅਦ ਸਾਨੂੰ ਇਹ ਪ੍ਰੋਟੈਸਟ ਸ਼ੁਰੂ ਕਰਨਾ ਪਿਆ ਹੈ, ਮਾਈਕ ਪੂਰਾ ਸਮਾਜ ਹੈ, ਨਾਮਧਾਰੀ ਸਮਾਜ ਅੱਜ DC ਨੂੰ ਮੰਗ ਪੱਤਰ ਦੇ ਰਿਹਾ ਹੈ, ਕਿਆ ਅਸੀਂ ਸੈਟਿਸਫਾਈ ਨਹੀਂ ਹੋ ਪਾ ਰਹੇ ਇਸ ਜਾਂਚ ਦੇ ਵਿੱਚ? CBI ਦੇ ਕਾਰਜ ਪ੍ਰਣਾਲੀ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਬਿਲਕੁਲ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਕਿ ਸਾਨੂੰ ਇਹ ਯਕੀਨ ਹੀ ਨਹੀਂ ਹੋ ਰਿਹਾ ਕਿ ਅਸੀਂ ਆਜ਼ਾਦ ਭਾਰਤ ਦੇ ਵਾਸੀ ਹਾਂ, ਤੇ ਨਿਰਪੱਖ ਜਾਂਚ ਹੋ ਹੀ ਨਹੀਂ ਰਹੀ, ਸਾਨੂੰ ਮਜਬੂਰ ਹੋ ਕੇ ਸੜਕਾਂ ਤੇ ਉਤਰਨਾ ਪਿਆ, ਨਾ ਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ ਜਿਹੜਾ ਬਰਬਾਦ ਕਰਨ ਨੂੰ, ਸਾਰੇ ਕੀਰਤੀ ਸਿੱਖ ਨੇ, ਪਰ ਫਿਰ ਵੀ ਸਾਨੂੰ ਮਜਬੂਰ ਹੋ ਰਿਹਾ ਕਿਉਂਕਿ ਅਸੀਂ ਸੈਟਿਸਫਾਈ ਨਹੀਂ ਆ। CBI ਜਾਂਚ ਨਹੀਂ ਕਰ ਰਹੀ, ਸਰਕਾਰ ਕੁਛ ਨਹੀਂ ਕਰ ਰਹੀ, ਤੇ ਅਸੀਂ ਸਾਡੀ ਗੂੰਜ ਜਿਹੜੀ ਹੈ ਨਾ, ਮੀਡੀਆ ਪਹੁੰਚਾਵੇ ਜਿੱਦਾਂ ਵੀ ਆ, ਸਾਡੀ ਗੂੰਜ ਜਿਹੜੀ ਆ, ਸਰਕਾਰ ਜਿਹੜੀ ਅੰਨੀ ਬੋਲੀ ਹੋਈ ਹੈ, ਉਹਨਾਂ ਦਾ ਸਾਥ ਦੇ ਰਹੀ ਹੈ ਪੈਸੇ ਕਰਕੇ ਜਾਂ ਕਿਸੇ ਵੀ ਕਰਕੇ, ਉਹਦੇ ਕੰਨ ਖੋਲ੍ਹਣੇ ਜ਼ਰੂਰੀ ਨੇ, ਤੇ ਅਸੀਂ ਇੱਥੇ ਰੁਕਾਂਗੇ ਨਹੀਂ, ਅਸੀਂ ਸਾਡੇ ਸੰਘਰਸ਼ ਜਾਰੀ ਰਹੇਗਾ। ਸੋ ਇਹ ਸਨ ਨਾਮਧਾਰੀ ਸਮੁਦਾਏ ਦੇ ਲੋਕ, ਜਿਨ੍ਹਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ DC ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ, ਔਰ DC ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ, ਜਿਹਦੇ ਵਿੱਚ ਮਾਤਾ ਚੰਦ ਕੌਰ ਦੇ ਜਿਹੜੇ ਕਾਤਲ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। CBI ਦਾ ਕੇਸ CBI ਕੋਲ ਹੈ, ਪਰ CBI ਦੇ ਵੱਲੋਂ ਕੀਤੀ ਜਾ ਰਹੀ ਹੁਣ ਤੱਕ ਦੀ ਜਾਂਚ ਦੇ ਪ੍ਰਤੀ
उसके सैटिस्फाई नहीं हैं क्योंकि CBI वालों इन्हों सैटिस्फाई नहीं किया गया, हजे तक की जांच नहीं हुई। पर नामधारी समुदाय की यही मंग है कि माता चांद कौर के जिहड़े कातल ने उन्होंने फौरी गिरफ्तार किया जाए। कैमरा परसन विपन के नाल ज्योति बहल, दैनिक सवेरा TV, अमृतसर। कनेडा का स्टडी वीज़ा सिर्फ 5 लाख रुपए दे विच, 5 लाख रुपया देना तुसी वीज़ा लगन तो बाद देना, जिदे विच तुहाडी 1 साल की कॉलेज की फीस इंकलूड है। तुसी ब्रैम्पटन जाना चाहते हो, सरी जाना चाहते हो, सिर्फ 5 लाख रुपए जाओगे, ये भी पैसे तुसी वीज़ा लगन तो बाद देने। All World Open Challenge 17 time gold medalist Mian Rafiq Mohammed, Pandit Maulvi Begum Tantrik, inna chora thagga to saavdan, specialist Vashikaran Sitta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mian Rafiq Mohammed, mobile 84374 94647, 84374 94648।